ਹੁਣ ਸੜਕਾਂ ਤੇ ਆਪਾਂ ਲੰਘਦੇ ਆ ਕੋਈ ਦਰਖਤ ਨਹੀਂ ਛੱਡਿਆ ਹੈ ਉਹ ਸਰਕਾਰ ਪਾਗਲਾ ਕੰਪਨੀਆਂ ਜਿਹੜੇ ਬੰਦੇ ਰੱਖੇ ਨੇ ਉਹਨਾਂ ਨੂੰ ਪਾਣੀ ਪਾਪਾ ਪਾਲਦੇ ਨੇ ਆ ਮੋਗਾ ਰੋਡ ਤੇ ਏਡੀਆਂ ਢਾਲੀਆਂ ਕਰ ਲੀਆਂ ਸੀ ਖੁੱਲਾਂ ਵਾਲੇ ਬੂਟੇ ਲਾਤੇ ਸਾਰੇ ਮਚਾਤੇ ਦੱਸੋ ਜੀ ਲੋਕ ਬੱਸਾਂ 'ਚ ਬੈਠੇ ਗੁਣਾ ਕੱਢਦੇ ਨੇ ਸਫਰ ਕਰਦੇ ਫਿਰ ਹੁਣ ਤਾਂ ਇੱਥੇ ਐਂ ਦਿਖ ਰਿਹਾ ਆਪਾਂ ਨੂੰ ਵੀ ਯਾਰ ਮੋਦੀ ਠੀਕ ਸੀ ਜੇ ਅਗਰ ਇੰਨਾ ਨੁਕਸਾਨ ਹੋ ਰਿਹਾ ਸਾਡਾ ਸਾਡੇ ਵਾਤਾਵਰਨ ਦਾ ਹੈ ਨਾ ਸਾਡੇ ਆਸ-ਪਾਸ ਦਾ ਜ਼ਹਿਰੀਲਾ ਹੋ ਰਿਹਾ ਫਿਰ ਤਾਂ ਠੀਕ ਸੀ ਕਰੋੜ ਰੁਪਈਆ ਆ ਕਰੋੜ ਸਹੀ ਸੀ ਜੁਰਮਾਨਾ ਮੈਂ ਸਹੀ ਮੰਨਦਾ ਹਾਂ ਉਹ ਗਲਤ ਕੰਮ ਹੀ ਨਹੀਂ ਸੀ ਕਰਦਾ ਇਹ ਅੱਗ ਲਾਉਣੀ ਤਾਂ ਸਾਡੇ ਬੱਸ ਹੁਣ ਜਿਹੜਾ ਮੈਂ ਜ਼ਿਕਰ ਕਰਦਾ ਇਹ ਵੀ ਇਹ ਚੀਜ਼ ਦਾ ਜਿਹੜਾ 2000 ਮੋਦੀ ਪਾ ਰਿਹਾ ਉਹਨਾਂ ਤਕੜੇ ਬੰਦਿਆਂ ਨੂੰ ਸਾਰਿਆਂ ਨੂੰ ਆਉਂਦਾ ਆਉਂਦਾ ਬਿਲਕੁਲ ਆਉਂਦਾ ਨਾ ਸਾਨੂੰ ਸਟੇਟਿਚ ਨਹੀਂ ਵੜਨ ਦਿੱਤਾ ਕੰਦੇ ਤੁਹਾਡੀ ਕੋਈ ਕਾਪੀ ਨਹੀਂ ਸਾਨੂੰ ਆਉਂਦਾ ਨਹੀਂ ਕਰਦਾ ਮੈਂ ਇਹ ਹਣੀ ਆ ਜੇ ਅਸੀਂ ਉੱਥੇ 20 ਬੰਦੇ ਖੜ ਜੀਏ ਉਹਦੇ ਵਿੱਚੋਂ ਅਸੀਂ 15 ਜੱਟਾਂ ਪਾਣੀ ਜੀ ਥੱਲੇ ਜਾ ਰਿਹਾ ਤੁਹਾਨੂੰ ਇੱਥੇ ਨਿਗਾ ਮਰਵਾ ਸਕਦਾ ਹਜੇ ਅਸੀਂ ਜੀਰੀ ਬੀਜੀ ਹੈ ਨਹੀਂ ਡੇਢ ਮਹੀਨੇ ਨੂੰ ਜੋ ਨਾ ਲਾਉਣਾ ਉਹਦੇ ਨੂੰ ਮਹੀਨੇ ਪੂ ਵਾਹਣ ਬਣਨ ਨੂੰ ਜੇ ਕੋਈ ਸਰਕਾਰ ਕਾਨੂੰਨ ਲਾਗੂ ਕਰਦੀ ਆ ਫੇਰ ਧਰਨਾ ਸਰਕਾਰ ਕੋਈ ਕਦਮ ਚੱਕਦੀ ਆ ਧਰਨਾ ਫਿਰ ਤਾਂ ਅਸੀਂ ਧਰਨੇ ਦੇ ਉੱਪਰ ਹੀ ਰਹੇ ਜੇ ਸਾਡੇ ਆਉਣ ਵਾਲੇ ਟਾਈਮ ਨੂੰ ਤਾਂ ਅਸੀਂ ਸੋਚੀਏ ਸਾਡੇ ਬੱਚੇ ਨਸ਼ੇੜੀ ਬਣਦੇ ਨੇ ਵਿਹਲੇ ਉਹਨੂੰ ਕੋਹ ਵੀ ਸਾਨੂੰ ਰਜਕਾਰ ਦੇ ਕੰਮ ਐਡਾ ਕਿ ਪੰਜਾਬ ਆ ਕਿੰਨੀਆਂ ਕਰੋਗਰੀਆਂ ਦੇ ਇਹ ਇਨਾਂ ਦੇ ਵਿੱਚ 51 ਦਿਨ ਹੋਇਆ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣੇ ਨੂੰ ਤੁਸੀਂ 70 ਸਾਲ ਹੋ ਗਏ ਕਹਿੰਦੇ 45 ਲੱਖ ਰੁਪਏ ਖਰਚ ਆ ਗਿਆ ਉਸ ਯਾਤਰਾ ਦੇ ਉੱਪਰ ਕਰਜ਼ਾ ਕਿਹਦੇ ਪਿਆ ਪੰਜਾਬ ਤੇ ਗਿਆ ਕਿਹਦੇ ਕੰਮ ਗੁਜਰਾਤ ਦੇ ਪੰਜਾਬ ਦੇ ਸਿਰ ਕਰਜ਼ਾ ਪਾਈ ਜਾ ਰਹੇ ਨੇ ਐਸੀਆਂ ਯਾਤਰਾ ਕਰ ਕਰਕੇ ਪੰਜਾਬ ਦਾ ਕੀ ਲੈਣਾ ਦੇਣਾ ਜੀ ਗੁਜਰਾਤ ਨਾਲ ਪੰਜਾਬ ਪੁਲਿਸ ਨੂੰ ਬਰਤ ਨਹੀਂ ਰਿਹਾ ਜੀ ਇੱਕ ਕੋਈ ਮੈਂ ਗਨਾਹ ਕਰਦਾਗਾ ਜਾ ਕੇ ਮੈਂ ਰਾਜਸਥਾਨ ਚ ਬਹਿ ਗਿਆ ਕੋਈ ਗਨਾਹ ਕਰਕੇ ਫਿਰ ਪੰਜਾਬ ਪੁਲਿਸ ਹੀ ਮੈਨੂੰ ਫੜਨ ਜਾਊ ਹੋਰ ਤਾਂ ਕੋਈ ਜਾਂਦੀ ਹੈ ਨਹੀਂ ਸਰਕਾਰ ਬਣਨ ਤੋਂ ਪਹਿਲਾਂ ਤਾਂ ਪੰਜਾਬ ਪੁਲਿਸ ਗਈ ਨਹੀਂ ਕਿ ਫੜਨ ਦੇ ਮਾਮਲੇ ਹੁੰਦੇ ਨੇ ਪਰ ਐਡੇ ਵੱਡੇ ਮੈਟਰ ਨਹੀਂ ਕੁਮਾਰ ਵਿਸ਼ਵਾਸ ਲਾਲੋ ਅਲਕਾ ਲੰਬਾ ਲਾਲੋ ਤੇ ਅੱਜ ਬੱਗੇ ਵਾਲਾ ਮਸਲਾ ਹੋ ਗਿਆ ਹਰ ਹਫ਼ਤੇ ਕੋਈ ਨਾ ਕੋਈ ਇਹੋ ਜਿਹਾ ਡਰਾਮਾ ਚੱਲਦਾ ਫਿਰੇ ਫੜਨਗੇ ਕਿਹਨੂੰ ਫਿਰ ਤਾਂ ਸਾਰੇ ਅਸੀਂ ਦੋਸ਼ੀ ਬਣੀ ਜਾਂਦੇ ਆ ਨਾਰੇ ਲਾਗੇ ਸੀ ਛਡਾ ਲਿਆ ਕਰਾਂਗੇ ਕੱਲ ਨੂੰ ਕੋਈ ਮਾਰਤਾ ਤਾਂ ਛਡਾ ਲੂ ساتھ-ਸਾਥ ਗੱਡੀਆਂ ਰੱਖੀਆਂ ਨੇ ਨੌ ਨੌ 2 ਲੱਖ ਦਾ ਕਹਿੰਦੇ ਮਹੀਨੇ ਦਾ ਤੇਲ ਆ ਉਹ 2 ਲੱਖ ਦਾ ਤੇਲ ਇੱਕ ਸਕਿੰਟ ਗੱਡੀ ਨਾ ਖੜੇ ਮੈਨੂੰ ਫੂਕੇ ਦਿਖਾ ਦੇ ਕੋਈ ਉਹ ਕਿਤੇ ਪੈਂਦਾ ਕਿਹੜਾ ਭਗਵਾਨ ਜੀ ਮਾਨ ਹੋਰ ਨੇ ਇੱਕ ਵਧੀਆ ਫੈਸਲਾ ਕਰਿਆ ਵੀ ਬੀਬੀ ਭੱਠਲ 25 ਸਾਲ ਤੋਂ ਕੋਠੀ ਦੇ ਵਿੱਚ ਬੈਠੀ ਸੀ ਸਵੀਵਿੰਗ ਪੂਲ ਵਾਲੀ ਕੋਠੀ ਸੀ ਮਾਨ ਸਾਹਿਬ ਕਹਿੰਦੇ ਵੀ ਕਿਹੜੇ ਚ ਨਹਾਉਂਦੇ ਦੇ ਪੂਲ ਦੇ ਵਿੱਚ ਉਹ ਪੰਜਾਬੀਆਂ ਦਾ ਖੂਨ ਸੀ ਉਹਦੇ ਵਿੱਚ ਬੇਲੀ ਕਰਾਈਆ ਤਾਂ ਕਰਕੇ 25 ਸਾਲ ਤੋਂ ਕਿਸੇ ਨੇ ਬੇਲੀ ਨਹੀਂ ਕਰਾਈ ਸੀ ਅਗਰ ਦੇਖਿਆ ਜਾਵੇ ਤਾਂ ਭਗਵਾਨ ਜੀ ਮਾਨ ਦੇ ਇਸ ਫੈਸਲੇ ਦੀ ਤਾਰੀਫ ਕਰਨੀ ਬਣਦੀ ਆ ਪਰ ਵਿਰੋਧੀ ਇਹਨਾਂ ਚੀਜ਼ਾਂ ਵਿੱਚੇ ਦੱਬ ਦਿੰਦੇ ਨੇ ਇਹਨਾਂ ਨੂੰ ਕਿਵੇਂ ਸਸਿਕਾਲ ਦੋਸਤੋ ਮੈਂ ਗੁਰਮਖ ਸੰਧੂ ਅੱਜ ਮੈਂ ਪਹੁੰਚਿਆ ਬਾਈ ਨਛੱਤਰ ਸਿੰਘ ਹੋਰਾਂ ਕੋਲੇ ਨਛੱਤਰ ਸਿੰਘ ਉਹ ਇਨਸਾਨ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇ ਕੌਣ ਹੈ ਨਛੱਤਰ ਸਿੰਘ ਜੀ ਪਹਿਚਾਣ ਲਿਆ ਹੋਊਗਾ ਤੁਸੀਂ ਨੇ ਸੋਸ਼ਲ ਮੀਡੀਆ ਤੇ ਬੋਲਦੇ ਨੇ ਬੇਤੜਕ ਬੋਲਦੇ ਨੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਲੰਬੇ ਹੱਥੀ ਲੈਂਦੇ ਨੇ ਜਿਹੜੇ ਚਾਹੇ ਤਾਂ ਸਰਕਾਰ ਦੇ ਵਿੱਚ ਹੋਣ ਜਾਂ ਫਿਰ ਜਿਵੇਂ ਹੁਣ ਇੱਕ ਮੁੱਦਾ ਚੱਲਿਆ ਹੋਇਆ ਕਿ ਅੱਗ ਲਾ ਦੇਣੀ ਰੋਡ ਦੇ ਉੱਪਰ ਹੈ ਨਾ ਕਿਸਾਨਾਂ ਨੂੰ ਕਹਿਣ ਤੋਂ ਪਾਵਾ ਵੀ ਬਹੁਤ ਚਰਚਾ ਛਿੜੀ ਹੋਈ ਆ ਸਕੂਲ ਵਾਲੀ ਬੈਨ ਵੀ ਇੱਕ ਕਾਫੀ ਨੁਕਸਾਨ ਹੋਇਆ ਬੱਚਿਆਂ ਦਾ ਨੁਕਸਾਨ ਹੋਇਆ ਹੁਣ ਅਗਰ ਮੈਂ ਮੇਨ ਮੁੱਦੇ ਦੇ ਉੱਪਰ ਆਉਣਾ ਤਾਂ ਨਛੱਤਰ ਸਿੰਘ ਜੀ ਹੋਰਾਂ ਕੋਲ ਪਹੁੰਚਿਆ ਕੁਝ ਗੱਲਾਂ ਨੇ ਨਛੱਤਰ ਸਿੰਘ ਜੀ ਕੀ ਹਾਲ ਚਾਲ ਨੇ ਠੀਕ ਆ ਜੀ ਬਹੁਤ ਵਧੀਆ ਜੀ ਤੁਹਾਨੂੰ ਮਸ਼ਹੂਰ ਹੋ ਗਏ ਸੋਸ਼ਲ ਮੀਡੀਆ ਤੇ ਅੱਜਕੱਲ੍ਹ ਪੂਰੇ ਠੀਕ ਆ ਜੀ ਹੈ ਨਾ ਹਾਂਜੀ ਤੇ ਅੱਜ ਵਾਲਾ ਜੋ ਤਾਜ਼ਾ-ਤਾਜ਼ਾ ਘਟਨਾਕਰਮ ਹੋਇਆ ਹਾਂਜੀ ਦਿੱਲੀ ਪੁਲਿਸ ਹਰਿਆਣਾ ਪੁਲਿਸ ਖੋ ਕੇ ਲੈ ਜਾਂਦੀ ਆ ਪੰਜਾਬ ਪੁਲਿਸ ਕੋਲੋਂ ਬੱਗੇ ਨੂੰ ਉਹਨੂੰ ਮੈਂ ਐਂ ਦੇਖ ਰਾਂ ਜੀ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਸਾਡੇ ਸਹਿਮਾਨ ਸੀਨੀਅਰ ਲੀਡਰ ਆ ਸ਼ਰੋਣੀ ਕਮੇਟੀ ਦੇ ਜਿਹੜੇ ਸਾਡੇ ਦਿੱਲੀ ਕਮੇਟੀ ਦੇ ਪ੍ਰਧਾਨ ਸਰਸਾ ਜੀ ਉਹਨਾਂ ਨੂੰ ਕੀ ਅਧਿਕਾਰ ਆ ਬਿਆਨ ਦੇ ਕੇ ਛਡਾਉਣ ਦੇ ਹੱਕ ਚ ਆ ਫਿਰ ਤਾਂ ਭਾਜਪਾ ਸਾਨੂੰ ਦਬਾਉਣਾ ਚਾਹੁੰਦੀ ਆ ਫਿਰ ਤਾਂ ਸਾਡੀ ਪੁਲਿਸ ਦਾ ਕੋਈ ਰੋਲ ਹੀ ਨਾ ਰਹਿ ਗਿਆ ਡੀਐਸਪੀ ਨੂੰ ਮੰਨਿਆ ਨਾ ਉਹਨਾਂ ਨੇ ਅਫਸਰ ਉਹ ਥਾਣੇ ਦੇ ਵਿੱਚ ਬੈਠਾ ਡੀਐਸਪੀ ਉਹਨੂੰ ਮਤਲਬ ਕਹਿ ਰਿਹਾ ਜੀ ਕੋਈ ਨਾ ਤੁਸੀਂ ਚਾਹ ਪਾਣੀ ਪੀਓ ਕਰਦੇ ਹੋ ਬਾਅਦ ਦੇ ਵਿੱਚ ਉਹਦਾ ਪਿਓ ਅਰਬਦਲ ਖਾ ਰਹਾ ਠਾਣੇ ਦੇ ਵਿੱਚ ਵੀ ਉਹਨੂੰ ਪਤਾ ਨਹੀਂ ਕੌਣ ਲੈ ਗਿਆ ਚੱਕ ਕੇ ਕੌਣ ਲੈ ਗਿਆ ਬਿਲਕੁਲ ਕੌਣ ਲੈ ਗਿਆ ਚੱਕ ਕੇ ਮੰਗਰੂ ਆ ਕੇ ਕੈਂਥਲ ਭੇਵੇ ਆ ਕੇ ਰੋਕੇ ਗਿਆ ਹਰਿਆਣਾ ਪੁਲਿਸ ਨੇ ਉੱਥੇ 3 ਘੰਟੇ ਚਰਚਾ ਚੱਲੀ ਦਿੱਲੀ ਪੁਲਿਸ ਵੀ ਆਈ ਪੰਜਾਬ ਪੁਲਿਸ ਤਾਂ ਸੀਗੀ ਹਰਿਆਣਾ ਪੁਲਿਸ ਵੀ ਉੱਥੋਂ ਉਹਨੂੰ ਛਡਾ ਕੇ ਲੈ ਕੇ ਗਏ ਨੇ ਉਲਟੇ ਬੀਜੇਪੀ ਵਾਲੇ ਵਿਰੋਧ ਕਰ ਰਹੇ ਨੇ ਪੂਰਾ ਵਿਰੋਧ ਕੀਤਾ ਨਾਰੇ ਲਗਦੇ ਦੇਖੇ ਅਸੀਂ ਇਹ ਚੀਜ਼ ਦਾ ਤੇ ਉਹਨਾਂ ਦਾ ਉਲਟ ਬਿਆਨ ਦੇਣ ਦਾ ਸਰਸਾ ਸਾਹਿਬ ਨੂੰ ਮੈਂ ਤਾਂ ਇਹੀ ਬੇਨਤੀ ਕਰਦਾ ਹੱਥ ਮੰਨ ਕੇ ਅਪੀਲ ਆ ਮੇਰੀ ਵੀ ਸਰਦਾਰ ਜੀ ਤੁਸੀਂ ਇਹ ਕੰਮ ਤਾਂ ਨਾ ਕਰੋ ਹੋਰ ਤਾਂ ਕੋਈ ਕਰਉਂਦਾ ਨਹੀਂਗਾ ਫਿਰ ਤਾਂ ਭਾਜਪੀ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਤੁਲੀ ਹੋਈ ਹੈ ਜੇ ਸਰਕਾਰ ਬਦਲ ਗਈ ਸਰਕਾਰਾਂ ਤਾਂ ਜਨਤਾ ਦੇ ਹੱਥ ਚ ਤੁਸੀਂ ਵਧੀਆ ਕੰਮ ਕਰੋ ਥੋਡੇ ਬਾਰੇ ਪਾ ਦਾਂਗੇ ਅਸੀਂ ਤੁਹਾਨੂੰ ਮੂਰੇ ਲੈ ਆਵਾਂਗੇ ਇਹ ਤਾਂ ਕੋਈ ਖਾਸ ਗੱਲ ਨਹੀਂ ਲੋਕਤੰਤਰ ਆ ਜੇ ਅਸੀਂ ਬੋਲਦੇ ਆ ਤਾਂ ਅਸੀਂ ਮਾੜੇ ਆ ਫਿਰ ਸਾਡੀ ਪੰਜਾਬ ਪੁਲਿਸ ਦਾ ਕੋਈ ਰੋਲ ਹੀ ਨਾ ਰਹਿ ਗਿਆ ਫੜੀ ਨਹੀਂ ਸਕਦੇ ਜਿਹੜਾ ਕੋਈ ਦੋਸ਼ੀ ਆ ਫਿਰ ਉਹਨੂੰ ਪੰਜ ਵਾਰੀ ਨੋਟਟ ਕੱਢਿਆ ਸੰਮਣ ਗਏ ਨੇ ਵੀ ਤੂੰ ਅਦਾਲਤ ਦੇ ਵਿੱਚ ਪੇਸ਼ ਹੋ ਉਹ ਪੇਸ਼ ਨਹੀਂ ਹੋਇਆ ਫਿਰ ਤਾਂ ਉਹ ਬੰਦਾ ਬਹੁਤ ਜ਼ਿਆਦਾ ਤਕੜਾ ਹੋ ਗਿਆ ਫਿਰ ਤਾਂ ਸਰਿਆਂ ਮ ਰੋਲ ਆ ਸਰਕਾਰ ਦਾ ਬੀਜੇਪੀ ਦਾ ਨ ਰੋਲ ਰੋਲ ਉਲਟਿਆ ਬਦਨਾਮ ਕਰਦੇ ਨੇ ਕੇਸ਼ਰੀਵਾਲ ਭਗਵੰਤ ਮਾਨ ਇਹਨਾਂ ਨੂੰ ਅੱਜ 51 ਦਿਨ ਹੋਇਆ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣੇ ਨੂੰ ਤੁਸੀਂ 70 ਸਾਲ ਹੋ ਗਏ ਨਿਸ਼ਾਤਰભાઈ ਅਗਰ ਮੈਂ ਗੱਲ ਕਰਾਂ ਕਿਵੇਂ ਤੁਸੀਂ ਸਪੋਰਟ ਕਰਦੇ ਰਹੇ ਨੇ ਉਹ ਇਲੈਕਸ਼ਨ ਤੋਂ ਪਹਿਲਾਂ ਵੀ ਸਰਕਾਰ ਬਣਨ ਤੋਂ ਬਾਅਦ ਵੀ ਹੈਨਾ ਆਹ ਪਾਰਟੀ ਦੀ ਪਰ ਅਗਰ ਮੈਂ ਗੱਲ ਕਰਾਂ ਕਿ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਕੇਜਰੀਵਾਲ ਬਦਲੇ ਦੀ ਰਾਜਨੀਤੀ ਕਰ ਰਿਹਾ ਪੰਜਾਬ ਪੁਲਿਸ ਨੂੰ ਦਿੱਲੀ ਭੇਜ ਦਿੰਦਾ ਵਰਤ ਰਿਹਾ ਲੋਕਾਂ ਦਾ ਕਹਿਣਾ ਕਿ ਇਸ ਤਰ੍ਹਾਂ ਪੰਜਾਬ ਪੁਲਿਸ ਨੂੰ ਵਰਤ ਰਿਹਾ ਉਹਦਾ ਕੀ ਹੱਕ ਬਣਦਾ ਵੀ ਪੰਜਾਬ ਪੁਲਿਸ ਨੂੰ ਦਿੱਲੀ ਭੇਜੇ ਕਿਸੇ ਨੂੰ ਫੜਨ ਵਾਸਤੇ ਦਿੱਲੀ ਦੇ ਵਿੱਚ ਰਹਿ ਕੇ ਦਿੱਲੀ ਦੇ ਮਸਲੇ ਨਿਬੜੇ ਪੰਜਾਬ ਪੁਲਿਸ ਨੂੰ ਤਾਂ ਫਿਰ ਵਰਤ ਰਿਹਾ ਯੂਜ਼ ਕਰ ਰਿਹਾ ਪੰਜਾਬ ਪੁਲਿਸ ਨੂੰ ਵਾਹ ਪੰਜਾਬ ਪੁਲਿਸ ਨੂੰ ਵਰਤ ਨਹੀਂ ਰਿਹਾ ਜੀ ਇੱਕ ਕੋਈ ਮੈਂ ਗੁਨਾਹ ਕਰਦਾਗਾ ਜਾ ਕੇ ਮੈਂ ਰਾਜਸਥਾਨ ਚ ਬਹਿ ਗਿਆ ਕੋਈ ਗੁਨਾਹ ਕਰਕੇ ਫਿਰ ਪੰਜਾਬ ਪੁਲਿਸ ਹੀ ਮੈਨੂੰ ਫੜਨ ਜਾਊ ਹੋਰ ਤਾਂ ਕੋਈ ਜਾਂਦੀ ਹੈ ਨਹੀਂ ਰਾਜਸਥਾਨ ਪੁਲਿਸ ਨੂੰ ਪਤਾ ਹੈ ਨਹੀਂਗਾ ਹੁਣ ਜਿਹੜਾ ਉਹ ਗੁਨਾਹਦਾਰ ਬੰਦਾ ਉਹਨੂੰ ਪੰਜ ਵਾਰੀ ਸੰਮਣ ਕੱਢ ਤੇ ਉਹ ਫਿਰ ਪੇਸ਼ ਨਾ ਹੋਇਆ ਜੇ ਸਾਡੀ ਪੰਜਾਬ ਪੁਲਿਸ ਗਈ ਆ ਫੜਨ ਤਾਂ ਉਹਨਾਂ ਨੂੰ ਮਤਲ ਸਮਝੇ ਨਹੀਂ ਕੁਛ ਉਹਨਾਂ ਤੋਂ ਖੋ ਕੇ ਫੇਰ ਦਿੱਲੀ ਪੁਲਿਸ ਨੂੰ ਫੇਰ ਤਾਂ ਉਹ ਦੰਗੇ ਕਰਾ ਕੇ ਰਾਜੀ ਜਾਂਦੇ ਕਿ ਇਹ ਵੀ ਕਹਿੰਦੇ ਨੇ ਨਾ ਕਿਵੇਂ ਵੀ ਕਦੋਂ ਇਹ ਸਰਕਾਰ ਬਣਨ ਤੋਂ ਪਹਿਲਾਂ ਤਾਂ ਪੰਜਾਬ ਪੁਲਿਸ ਗਈ ਨਹੀਂ ਫੜਨ ਕੰਨੇ ਚਰਚਾ ਗਈ ਆ ਮਾਮਲੇ ਹੁੰਦੇ ਨੇ ਪਰ ਐਡੇ ਵੱਡੇ ਮੈਟਰ ਨਹੀਂ ਕੁਮਾਰ ਵਿਸ਼ਵਾਸ ਲਾਲੋ ਅਲਕਾ ਲੰਬਾ ਲਾਲੋ ਤੇ ਅੱਜ ਬੱਗੇ ਵਾਲਾ ਮਸਲਾ ਹੋ ਗਿਆ ਹਰ ਹਫ਼ਤੇ ਕੋਈ ਨਾ ਕੋਈ ਇਹੋ ਜਿਹਾ ਡਰਾਮਾ ਚੱਲਦਾ ਰਹਿੰਦਾ ਇਹ ਚੱਲਦਾ ਜੀ ਬੱਗੇ ਵਾਲਾ ਡਰਾਮਾ ਜੇ ਉਹ ਸਹੀ ਸੀਗਾ ਫਿਰ ਕੋਰਟ ਚ ਆ ਜਾਂਦਾ ਕਾ ਕੋਰਟ 'ਚ ਆਉਂਦਾ ਜਦੋਂ ਸੰਭਣ ਗਏ ਨੇ ਫਿਰ ਪੰਜਾਬ ਪੁਲਿਸ ਕੱਲੀ ਨਹੀਂ ਸਿੱਧਾ ਫੜਿਆ ਹੈ ਨਹੀਂ ਥਾਣੇ ਦੇ ਵਿੱਚ ਬੈਠੇ ਨੇ ਪਹਿਲਾਂ ਪੁਲਿਸ ਲਈ ਆ ਉੱਥੇ ਦੀ ਨਾਲ ਉਹਨਾਂ ਦੀ ਕੋਈ ਸੁਣਮਾਈ ਨਹੀਂ ਹੋਈ ਫੇਰ ਤਾਂ ਕੋਈ ਮਤਲਬ ਇਹ ਗੱਲ ਹੀ ਨਾ ਰਹੇ ਕਿ ਸਾਡੀ ਪੁਲਿਸ ਤਾਂ ਜਮਾਂ ਕੱਚੇ ਲਾਤੀ ਫੇਰੇ ਫੜਨਗੇ ਕਿਹਨੂੰ ਫੇਰ ਤਾਂ ਸਾਰੇ ਅਸੀਂ ਦੋਸ਼ੀ ਬਣੀ ਜਾਂਦੇ ਆ ਨਾਰੇ ਲਾਗੇ ਸੀ ਛਡਾ ਲਿਆ ਕਰਾਂਗੇ ਕੱਲ ਨੂੰ ਕੋਈ ਮਾਰਤਾ ਤਾਂ ਛਡਾ ਲੂ ਫੇਰ ਤਾਂ ਭਾਜਪੀ ਦਾ ਸਿੱਧਾ ਨਰਾਲਾ ਰੋਲ ਆ ਐਨ ਪਟਿਆਲੇ ਦੇ ਵਿੱਚ ਵੀ ਰੋਲ ਸ਼ਰੇਆਮ ਕਹਿੰਨੇ ਵੀ ਰੋਲ ਆ ਸ਼ਤਰਜੀ ਜਸਜੀਤ ਸਿੰਘ ਰਾਜ ਆ ਪਾਰਟੀ ਦੇ ਵਿੱਚ ਰਿਹਾ ਪਹਿਲਾਂ ਹੁਣ ਤੁਸੀਂ ਨੇ ਦੇਖਿਆ ਪਿੱਛੇ ਜੇ ਭਗਵੰਤ ਮਾਨ ਗੁਜਰਾਤ ਗਿਆ ਸੀ ਹੈਨਾ ਕਹਿੰਦੇ 45 ਲੱਖ ਰੁਪਏ ਖਰਚ ਆ ਗਿਆ ਉਸ ਯਾਤਰਾ ਦੇ ਉੱਪਰ ਕਰਜ਼ਾ ਕਿਹਦੇ ਪਿਆ ਪੰਜਾਬ ਤੇ ਗਿਆ ਕਿਹਦੇ ਕੰਮ ਗੁਜਰਾਤ ਦੇ ਹੈਨਾ ਵੀ ਪੰਜਾਬ ਦੇ ਸਿਰ ਕਰਜ਼ਾ ਪਾਈ ਜਾ ਰਹੇ ਨੇ ਐਸੀਆਂ ਯਾਤਰਾ ਕਰ ਕਰਕੇ ਪੰਜਾਬ ਦਾ ਕੀ ਲੈਣਾ ਦੇਣਾ ਜੀ ਗੁਜਰਾਤ ਨਾਲ ਅਗਰ ਆਪਾਂ ਗੱਲ ਕਰੀਏ ਬਿਲਕੁਲ ਲੈਣਾ ਦੇਣਾ ਨਹੀਂ ਪੰਜਾਬ ਦੇ ਨਾਲ ਪੰਜਾਬ ਨੂੰ ਭਗਵੰਤ ਮਾਨ ਨੂੰ ਤਾਂ ਹੁਣ ਕਹਿੰਦੇ ਨੇ ਵੀ 40 ਲੱਖ ਪਾਤਾ ਜਾਂ ਜਿੱਦ ਦੇ ਸੌ ਚੱਕੀਆਂ ਕਹਿੰਦੇ ਸੀ 2 ਕਰੋੜ ਖਰਚਤਾ ਜਿੱਦਿਆਂ ਕਰਤਾਰਪੁਰ ਲਾਂਘੇ ਦੀ ਗੱਲ ਹੋਈ ਆ ਕੈਪਟਨ ਸਾਹਿਬ ਸਾਡਾ ਮੁੱਖ ਮੰਤਰੀ ਬਾਦਲ ਸਾਹਿਬ ਨੇ 12 ਕਰੋੜ ਸਟੇ ਤੇ ਲਾਤਾ ਸੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ 12 ਕਰੋੜ ਨਹੀਂ ਲਾਇਆ ਦੱਸੋ ਬਿਲਕੁਲ ਬਿਲਕੁਲ ਸਾਤ-ਸਾਤ ਗੱਡੀਆਂ ਰੱਖੀਆਂ ਨੇ ਨੌ-ਨੌ 2 ਲੱਖ ਦਾ ਕਹਿੰਦੇ ਮਹੀਨੇ ਦਾ ਤੇਲ ਆ ਉਹ 2 ਲੱਖ ਦਾ ਤੇਲ ਇੱਕ ਸਕਿੰਟ ਗੱਡੀ ਨਾ ਖੜੇ ਮੈਨੂੰ ਫੂਕੇ ਦਿਖਾ ਦੇ ਕੋਈ ਉਹ ਕੀਤੇ ਪੈਂਦਾ ਕਿਹੜਾ ਭਗਵੰਤ ਮਾਨ ਹੋਰ ਨੇ ਇੱਕ ਵਧੀਆ ਫੈਸਲਾ ਕਰਿਆ ਵੀ ਬੀਬੀ ਪੱਠਲ 25 ਸਾਲ ਤੋਂ ਕੋਠੀ ਦੇ ਵਿੱਚ ਬੈਠੀ ਸੀ ਸਵੀਵਿੰਗ ਪੂਲ ਵਾਲੀ ਕੋਠੀ ਸੀ ਮਾਨ ਸਾਹਿਬ ਕਹਿੰਦੇ ਵੀ ਕਿਹੜੇ ਚ ਨਹਾਉਂਦੇ ਤੇ ਪੂਲ ਦੇ ਵਿੱਚ ਉਹ ਪੰਜਾਬੀਆਂ ਦਾ ਖੂਨ ਸੀ ਉਹਦੇ ਵਿੱਚ ਬੇਲੀ ਕਰਾਈਆ ਤਾਂ ਕਰਕੇ 25 ਸਾਲ ਤੋਂ ਕਿਸੇ ਨੇ ਬੇਲੀ ਨਹੀਂ ਕਰਾਈ ਸੀ ਅਗਰ ਦੇਖਿਆ ਜਾਵੇ ਤਾਂ ਭਗਵੰਤ ਮਾਨ ਦੀ ਇਸ ਫੈਸਲੇ ਦੀ ਤਾਰੀਫ਼ ਕਰਨੀ ਬਣਦੀ ਆ ਪਰ ਵਿਰੋਧੀ ਇਹਨਾਂ ਚੀਜ਼ਾਂ ਵਿੱਚੇ ਦੱਬ ਦਿੰਦੇ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਇਹਨਾਂ ਨੂੰ ਮੈਂ ਨਹੀਂ ਦੇਖਾਂ ਜੀ ਵਿਰੋਧੀ ਤਾਂ ਵਿੱਚੇ ਐਂ ਦਾ ਬਦੇ ਨੇ ਵੀ ਇਹ ਕੰਮ ਹੋਣਾ ਨਹੀਂ ਚਾਹੀਦਾ ਹੁਣ ਇੱਕ ਪਰਿਵਾਰੀ ਸਾਹਿਬ ਫੜਿਆਗਾ 32 ਰਜਿਸਟਰੀਆਂ ਫੜੀਆਂ ਗਈ ਹੁਣ ਪਡਵਾਰੀ ਦੀ 70000 ਤਨਖਾਹ ਮੰਨ ਕੇ ਚਲੋ ਮਹੀਨੇ ਦੀ ਸਵਾ ਕਰੋੜ ਬਣਦਾ ਨਹੀਂਗਾ ਮਹੀਨੇ ਦਾ ਸਾਲ ਦਾ ਬਣਦਾ ਪ੍ਰਾਪਰਟੀ ਬਣਾਈ ਬੈਠਾ 10 ਕਰੋੜ ਦੀ ਜਦੋਂ ਫੜ ਲਿਆ ਉਹ ਵਿਲੇਜ ਅਲੈਂਸ ਵਾਲਿਆਂ ਨੇ ਹੁਣ ਧਰਨਾ ਲਾ ਲਿਆ ਉਹ ਕਿਤੇ ਪੈ ਰਹੇ ਆ ਉਹ ਸਾਡੇ ਤੇ ਪੈ ਰਹੇ ਹੈਗਾ ਜੇ ਕੋਈ ਮਿਹਰੇ ਵਰਗਾ ਕੰਮ ਕਰਾਉਣ ਜਾਂਦਾ ਹੁਣ ਜਿਹੜਾ ਮੈਂ ਜ਼ਿਕਰ ਕਰਦਾ ਇਹ ਵੀ ਇਹ ਚੀਜ਼ ਦਾ ਜਿਹੜਾ 2000 ਮੋਦੀ ਪਾ ਰਿਹਾ ਪਊਗਾ ਨਾ ਤਗੜੇ ਬੰਦਿਆਂ ਨੂੰ ਸਾਰਿਆਂ ਨੂੰ ਆਉਂਦਾ ਆਉਂਦਾ ਬਿਲਕੁਲ ਆਉਂਦਾ ਆਉਂਦਾ ਨਾ ਸਾਨੂੰ ਸਟੇਟਿਚ ਨਹੀਂ ਵੜਨ ਦਿੱਤਾ ਕਹਿੰਦੇ ਤੁਹਾਡੀ ਕੋਈ ਕਾਪੀ ਨਹੀਂ ਸਾਨੂੰ ਆਉਂਦਾ ਨਹੀਂ ਕਰਦਾ ਮੈਂ ਇਹ ਹਣੀ ਆ ਜੇ ਅਸੀਂ ਉੱਥੇ 20 ਬੰਦੇ ਖੜ ਜੀਏ ਉਹਦੇ ਵਿੱਚੋਂ ਅਸੀਂ 15 ਜੱਟਾਂ ਪੰਜ ਹੋਰ ਜਾਤੀਆਂ ਦੇ ਬੰਦੇ ਨੇ ਅਸੀਂ ਹੰਥਾਨ ਨਹੀਂ ਫਿਰ ਇਹ ਧਰਨਿਆਂ ਤੇ ਕਹਿੰਦੇ ਜੀ ਅਸੀਂ ਇੱਥੇ ਰੋਟੀ ਨਹੀਂ ਖਾਣੀ ਜਦੋਂ ਮੀਟਿੰਗ ਹੁੰਦੀ ਸੀ ਕਿਸਾਨਾਂ ਦੀ ਮੇਰੇ ਐਮਬਰਾਮਾਂ ਦੀ ਫਿਰ ਜਾਂ ਤਾਂ 2-2000 ਮੋਦੀ ਵਾਲਾ ਮੋੜ ਦਿੰਦੇ ਜਾਂ ਤਾਂ ਨਾਲੇ ਨਹੀਂ ਆਉਂਦਾ ਤਾਂ ਦੱਸਣ ਆਉਂਦਾ ਕੋਈ ਦਰਖਤ ਨਹੀਂ ਰੋਡ ਤੇ ਛੱਡਿਆ ਅੱਗ ਲਾਤੀ ਉਹਦਾ ਕੋਈ ਮਾਲਕ ਨਹੀਂ ਹੈਗਾ ਹਾਂ ਦਰਖਤਾਂ ਵਾਲਾ ਇਹ ਵੀ ਬਹੁਤ ਇੱਕ ਮਸਲਾ ਪੱਖਿਆ ਹੋਇਆ ਕਿਵੇਂ ਦੇਖਿਆ ਬੱਚਿਆਂ ਲਈ ਇੱਕ ਬੈਨ ਵੀ ਡਿਗੀ ਉੱਥੇ ਵੀ ਨੁਕਸਾਨ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਕਿਵੇਂ ਬੰਦ ਹੋ ਸਕਦਾ ਇਹ ਕਰਨਾ ਸਰਕਾਰ ਕੀ ਕਦਮ ਉਠਾਵੇ ਇਹਦੇ ਉੱਤੇ ਕਦਮ ਇਹ ਠਾਵੇ ਸਰਕਾਰ ਜਿਹੜਾ ਅੱਗ ਲਾਉਂਦਾ ਤੇ ਪਰਚਾ ਹੋਣਾ ਚਾਹੀਦਾ ਚਾਹੇ ਖੁਦ ਮੈਂ ਆ ਇਹ ਛੱਡਣਾ ਹੁਣ ਜਿੱਦੀ ਬੈਨ ਮੱਚ ਗਈ ਬੱਚਿਆਂ ਦਾ ਨੁਕਸਾਨ ਹੋ ਗਿਆ ਉਹ ਕਿਹਦਾ ਕੱਲ ਨੂੰ ਟ੍ਰੇਨ ਜਾਂਦੀ ਆ ਸਾਡੇ ਜਾਂਦੀਆਂ ਨਾਲ ਬਹਾਨ ਨੇ ਮੈਂ ਤਾਂ ਅੱਗ ਲਾ ਕੇ ਆਏ ਖੜ ਗਿਆ ਜੇ ਟ੍ਰੇਨ ਨੂੰ ਅੱਗ ਪੈ ਗਈ ਲੱਖਾਂ ਬੰਦੇ ਦਾ ਨੁਕਸਾਨ ਹੋ ਹੁਣ ਕਿਸੇ ਜਥੇਬੰਦੀ ਨੇ ਬਿਆਨ ਦਿੱਤਾ ਉਹਦੇ ਬਾਰੇ ਬੱਚਿਆਂ ਬਾਅਦ ਗੱਲ ਤਾਂ ਛੱਤਰੀ ਫੇਰ ਉੱਥੇ ਆ ਜਾਂਦੀਆਂ ਨਾ ਫਿਰ ਧਰਨੇ ਤੇ ਬੈਹ ਜਾਂਦੇ ਨੇ ਅਗਰ ਕੋਈ ਸਰਕਾਰ ਐਸਾ ਕਦਮ ਉਠਾਉਂਦੀ ਕਿਵੇਂ ਪਹਿਲਾਂ ਮੋਦੀ ਨੇ ਕਰਤਾ ਦੀ ਵੀ ਕਰੋੜ ਕਰੋੜ ਰੁਪਏ ਜੁਰਮਾਨਾ ਲਾਉਂਗਾ ਕਿਹੜਾ ਅੱਗ ਲਾਉਗਾ ਉਦੋਂ ਉੱਥੇ ਬਹਿ ਕੇ ਧਰਨਾ ਲੱਗਿਆ ਹੋਇਆ ਸੀ ਉਦੋਂ ਫਿਰ ਹੁਣ ਤਾਂ ਇੱਥੇ ਐ ਦਿਖ ਰਿਹਾ ਆਪਾਂ ਨੂੰ ਵੀ ਯਾਰ ਮੋਦੀ ਠੀਕ ਸੀ ਅਗਰ ਇੰਨਾ ਨੁਕਸਾਨ ਹੋ ਰਿਹਾ ਸਾਡਾ ਸਾਡੇ ਵਾਤਾਵਰਨ ਦਾ ਹੈ ਨਾ ਸਾਡੇ ਆਸ-ਪਾਸ ਦਾ ਜ਼ਹਿਰੀਲਾ ਹੋ ਰਿਹਾ ਫਿਰ ਤਾਂ ਠੀਕ ਸੀ ਕਰੋੜ ਰੁਪਇਆ ਹਾਂ ਕਰੋੜ ਸਹੀ ਸੀ ਜੁਰਮਾਨਾ ਮੈਂ ਸਹੀ ਮੰਨਦਾ ਹਾਂ ਉਹ ਗਲਤ ਕੰਮ ਹੀ ਨਹੀਂ ਸੀ ਕਰਦਾ ਇਹ ਅੱਗ ਲਾਉਣੀ ਤਾਂ ਸਾਡੇ ਬੱਸ ਫਿਰ ਹੁਣ ਇੱਕ ਕਹਿੰਦੇ ਨੇ ਮੇਰੇ ਭਾਈ ਕਿਸਾਨ ਪਾਣੀ 'ਚ ਹੀ ਥੱਲੇ ਜਾ ਰਿਹਾ ਤੁਹਾਨੂੰ ਇ ਹੱਜੇ ਅਸੀਂ ਜੀਰੀ ਬੀਜੀ ਹੈ ਨਹੀਂ ਡੇਢ ਮਹੀਨੇ ਨੂੰ ਜੋ ਨਾ ਲਾਉਣਾ ਉਦੋਂ ਇਹ ਮਹੀਨੇ ਪਾਹ ਵਾਹਣ ਬਣਨੋਂ ਮੋਟਰਾਂ ਬਾਣਾ ਚ ਜਲਦੀਆਂ ਨੇ ਉਧਰ ਧਰਨਾ ਲਾਉਂਦੇ ਨੇ ਮੇਰੇ ਕਿਸਾਨ ਭਾਈ ਸਾਨੂੰ ਲੇਟ ਨਹੀਂ ਦਿੰਦਾ ਉਹ ਪਾਣੀ ਥੱਲੇ ਹੀ ਜਾਊ ਹਾਂ ਜਾਂ ਕੁਛ ਬੀਜਣਾ ਕੋਈ ਮੱਕੀ ਕਪਾ ਨਰਮਾ ਫੇਰ ਉਹਦੀ ਰਮਣੀ ਕਰੋ ਬਗੈਰ ਮਤਲਬ ਤੋਂ ਪਾਣੀ ਛੱਡਿਆ ਬਾਣਾ ਦੇ ਵਿੱਚ ਮੋਟਰਾਂ ਤਾਂ ਆਟੋਮੈਟਿਕ ਲੱਗੇ ਨੇ ਕੋਈ ਪ੍ਰਵਾਹ ਨਹੀਂ ਸਾਨੂੰ ਇਹ ਕੋਈ ਵੀ ਗੱਲ ਆ ਜੀ ਥੋੜਾ ਜਿਹਾ ਸਾਨੂੰ ਆਪ ਵੀ ਸੋਚਣਾ ਚਾਹੀਦਾ ਵੀ ਅੱਗ ਲਾਉਣੇ ਆ ਹੁਣ ਸੜਕਾਂ ਤੇ ਆਪਾਂ ਲੰਘਦੇ ਆ ਕੋਈ ਦਰਖਤ ਨਹੀਂ ਛੱਡਿਆ ਵੇ ਉਹ ਸਰਕਾਰ ਪਾਗਲਾ ਕੰਪਨੀਆਂ ਜਿਹੜੇ ਬੰਦੇ ਰੱਖੇ ਨੇ ਉਹਨਾਂ ਨੂੰ ਪਾਣੀ ਪਾਪਾ ਪਾਲਦੇ ਨੇ ਆ ਮੋਗਾ ਰੋਡ ਤੇ ਏਡੀਆਂ ਢਾਲੀਆਂ ਕਰ ਲੀਆਂ ਸੀ ਫੁੱਲਾਂ ਵਾਲੇ ਬੂਟੇ ਲਾਤੇ ਸਾਰੇ ਮਚਾਤੇ ਦੱਸੋ ਜੀ ਲੋਕ ਬੱਸਾਂ 'ਚ ਬੈਠੇ ਗਣਾ ਕੱਢਦੇ ਨੇ ਸਫ਼ਰ ਕਰਦੇ ਬਿਲਕੁਲ ਬਹੁਤ ਬੜਾ ਨਹੀਂ ਹੋ ਰਹੀ ਕਿਸਾਨ ਦੀਆਂ ਚੀਜ਼ਾਂ ਕਰਕੇ ਇਹ ਜੀ ਹਏ ਪੂਰਾ ਹੁਣ ਕਿਸੇ ਜਥੇਬੰਦੀ ਨੇ ਨਾ ਬਿਆਨ ਦਿੱਤਾ ਰੋਕਿਆ ਨਾ ਫਿਰ ਮੋਦੀ ਕੋਲੇ ਧਰਨਾ ਲਾਇਆ ਸੀ ਸਾਡਾ ਮੰਡੀ ਕਰਨ ਰੋਡ ਬੰਦ ਹੁੰਦਾ ਹੋਣ ਕਣਕ ਕਿਉਂ ਸਿੱਟੀ ਹੁਣ ਕਰਨ ਬੋਰਡ ਖਤਮ ਨਹੀਂ ਹੋਇਆ ਹੁਣ ਜੀਰੀ ਸਿੱਟਦੇ ਦਿਖਾਉ ਬਿਲਕੁਲ ਉਦੋਂ ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੁਣ ਮਜ਼ਦੂਰ ਕਿੱਧਰ ਗਏ ਮੈਂ ਵੀ ਕਿਸਾਨ ਹਾਂ ਤੁਸੀਂ ਗਏ ਸੀ ਦਿੱਲੀ ਧਰਨੇ 'ਚ ਹਾਂਜੀ ਗਏ ਸੀ ਗਏ ਸੀ ਉਦੋਂ ਕੀ ਲੱਗਦਾ ਸੀ ਤੁਹਾਨੂੰ ਕਿ ਫੈਸਲਾ ਕਿਹੜਾ ਐ ਲੱਗ ਰਿਹਾ ਸੀ ਵੀ ਠੀਕ ਬੈਠੇ ਆਪਾਂ ਉਸ ਉਸ ਸਮੇਂ ਉਹ ਚੀਜ਼ ਦੇ ਵਿੱਚ ਮੈਂ 2 ਦਿਨ ਗਿਆ ਹਾਂ ਜੀ ਆਪਾਂ ਵੱਧ ਮੈਂ ਜਦੋਂ ਉੱਥੇ ਫਿਰ ਤੁਰ ਕੇ ਦੇਖਿਆ ਸਾਰਾ ਮੈਂ ਕਿਹਾ ਐਸਾ ਆਪਾਂ ਮੁੜ ਚੱਲੋ ਕੀ ਲੋੜ ਆ ਜੇ ਮੈਂ ਉਦੋਂ ਵੀਡੀਓ ਪਾ ਕੇ ਪਾਉਂਦਾ ਨਾ ਇਹਨਾਂ ਦੀ ਉਹ ਐਡਾ ਜਲੂਸ ਨਿਕਲਣਾ ਸੀ ਸਾਡੇ ਕਿਸਾਨਾਂ ਦਾ ਸਾਡੇ ਹੀ ਨਿਕਲਣਾ ਸੀ ਭਾਈ ਤੁਹਾਡੇ ਲੋਬੇ ਕਿੰਨੀ ਕਿ ਜਮੀਨ ਆ ਇੱਕ ਕਿੱਲਾ ਜਮੀਨ ਦਾ ਜੀ ਇੱਕ ਕਿੱਲੇ ਦੇ ਵਿੱਚੋਂ ਵਧੀਆ ਗੁਜ਼ਾਰਾ ਚੱਲਦਾ ਆ ਮੋ ਜਾਨ ਅਨੰਦਮਾਨਦਿਆਂ ਜੀ ਸੱਚੀ ਗੱਲ ਹੈ ਉਹਨਾਂ ਜਮਾ ਦਿਖਾ ਸਕਦਾ ਵਧੀਆ ਕਿਹੜਾ ਕਿਵੇਂ ਦੇਖ ਰਹੇ ਕੋਠੀ ਪਾਈ ਹੈ ਵਧੀਆ ਪਰ ਮਿਹਨਤ ਕਰਦੇ ਹਾਂ ਮਿਹਨਤ ਕਰਦੇ ਆ ਕਹਿ ਬੱਚੇ ਨੇ ਬਾਈ ਆਪਣੇ ਮੇਰੇ ਤਿੰਨਾਂ ਜੀ ਇੱਕ ਗੁੱਡੀ ਆ ਦੋ ਮੁੰਡੇ ਨੇ ਦੋ ਮੁੰਡੇ ਨੇ ਮੁੰਡੇ ਵੀ ਕੰਮ ਕਰਦੇ ਆ ਹਾਂ ਕੰਮ ਕਰਦਾ ਇੱਕ ਤਾਂ ਮੁੰਡਾ ਮੇਰਾ ਫੈਕਟਰੀ ਚ ਲੱਗਿਆ 14 ਘੰਟੇ ਡਿਊਟੀ ਕਰਦਾ ਅੰਦਰ ਸੁੱਤਾ ਪਿਆ ਮੈਂ ਲੱਗਿਆ ਫੈਕਟਰੀ ਚ ਅੱਛਾ ਬਾਈ ਹਾਂ ਜੀ ਇੱਕ ਮੇਰਾ ਮੁੰਡਾ ਫੌਜੀ ਆ ਤਿੰਨੇ ਜੋ ਆਖ ਬਿਆ ਤੇ ਹੁਣ ਇੱਥੇ ਮੈਂ ਲੈ ਲੈ ਰੁਪਈਏ ਮੰਗਰੋ ਚੱਕਣਾ ਝੰਡਾ ਮੋੜਨੇ ਨਹੀਂ ਕੀ ਗੱਲ ਮੈਂ ਤਿੰਨ ਵਾਰੀ ਲੋਨ ਲੈ ਲਿਆ ਹੁਣ ਵੀ ਲਾਹੌਰ ਬਾਦ ਬੈਂਕ ਦਾ ਦੇਣਾ ਮੈਂ ਮੋੜੂ ਪਰ ਨਹੀਂ ਜਾ ਰਹੇ ਕਿਸ ਤਰ੍ਹਾਂ ਭਰਦੇ ਆ ਚਲੋ ਲੇਟ ਫੇਟ ਹੋ ਉਹ ਹੋ ਜਾਂਦੀ ਕੋਈ ਗੱਲ ਨਹੀਂ ਵਿਆਜ ਪੈ ਜੂਗਾ ਮੈਂ ਦਿੰੂ ਮੈਂ ਲਿਆ ਆਪਦੀ ਖਾਤਰ ਲਿਆ ਮੈਂ ਕਿਸੇ ਖਾਤਰ ਨਹੀਂ ਲਿਆ ਇਹ ਕੀ ਮਤਲ ਇੱਕ ਪਾਸੇ ਤਾਂ 100 ਕਿੱਲੇ ਵਾਲਾ ਕਰਜ਼ਾ ਮਾਫ ਕਰੋ ਜੀ 2 ਕਰੋੜ ਲਈ ਬੈਠਾ ਕਿਉਂ ਮਾਫ ਕਰ ਗਏ ਸੀ ਬਿਲਕੁਲ ਗਲਤ ਹੈ ਸਰਕਾਰ ਦੀ ਗੱਲ ਬਿਲਕੁਲ ਮਾਫ ਨਹੀਂ ਹੋਣਾ ਚਾਹੀਦਾ ਮੈਂ ਤਾਂ ਬਿਲਾ ਤੇ ਵੀ ਗਲਤੀ ਮੰਨਦਾ ਚਾਹੇ ਮਾਨ ਸਾਹਿਬ ਆ ਚਾਹੇ ਪਹਿਲਾਂ ਬਾਦਲ ਨੇ ਕਰਤਾ ਹਰੀ ਜਨਾਂ ਨੂੰ ਜੀ 200 ਜੁਨਟ ਮਾਫ ਆ ਤੇ ਅਸੀਂ ਕਿੱਧਰ ਕੇ ਕਰਦੇ ਤੇ ਹਡੀਆਂ ਮੈਨੂੰ ਤਾਂ ਕੋਈ ਸਹੂਲਤ ਨਹੀਂ ਦਿੱਤੀ ਫਿਰ ਮੈਨੂੰ ਨਾ ਤਾਂ ਉਹ ਸਭ ਜੰਡ ਮਾਫ ਕਰਤੀ ਤਾਂ ਇਹ ਨਛੱਤਰ ਸਿੰਘ ਜੀ ਸੀ ਜਿਨ੍ਹਾਂ ਨੇ ਖੁੱਲ ਕੇ ਗੱਲਬਾਤ ਰੱਖੀ ਕਿਹੜਾ ਬੱਗੇ ਵਾਲਾ ਤੇਜਿੰਦਰ ਬੱਗੇ ਵਾਲਾ ਕਾਂਡ ਹੋਇਆ ਉਹਦੇ ਉੱਪਰ ਵੀ ਗੱਲਬਾਤ ਰੱਖੀ ਕਿਸ ਤਰ੍ਹਾਂ ਪੰਜਾਬ ਪੁਲਿਸ ਦੀ ਅਗਰ ਮੈਂ ਗੱਲ ਕਰੀ ਆ ਕਿ ਇੱਥੋਂ ਜਾਂਦੀ ਆ ਪੰਜਾਬ ਪੁਲਿਸ ਤੇ ਰਸਤੇ ਦੇ ਵਿੱਚ ਹਰਿਆਣਾ ਪੁਲਿਸ ਰੋਕ ਲੈਂਦੀ ਆ ਦਵਾਰੇ ਫਿਰ ਦਿੱਲੀ ਪੁਲਿਸ ਉਹਨਾਂ ਨੂੰ ਲੈ ਜਾਂਦੀ ਆ ਤਾਂ ਨਛੱਤਰ ਸਿੰਘ ਜੀ ਨੇ ਆਪਣੇ ਵਿਚਾਰ ਕਿ ਹੋਰ ਕੋਈ ਜਾਂਦੇ ਜਾਂਦੇ ਕੋਈ ਖਾਸ ਗੱਲਬਾਤ ਖਾਸ ਗੱਲਬਾਤ ਆਈ ਹੈ ਜੀ ਮੈਂ ਤਾਂ ਇਹੀ ਧੰਨਵਾਦ ਕਰਦਾ ਪਹਿਲਾਂ ਤਾਂ ਸਾਡੇ ਪ੍ਰ ਵੀ ਇਹ ਤੁਸੀਂ ਜਾਣਦੇ ਹੋ ਪੰਜਾਬ ਕਿਸੇ ਬਹੁਤ 15 ਸਾਲ ਕੁੱਟ ਖਾਧੀ ਆ ਉਹ ਧੰਨ ਰਹੇ ਸਾਡਾ ਇੰਦਰ ਕੁਮਾਰ ਗਜਰਾਲ ਮੌਕਾ ਮਿਲਿਆ ਪ੍ਰਧਾਨ ਮੰਤਰੀ ਬਣਿਆ ਉਹਦਾ ਹੋਵੇ ਸੁਰਗ ਵਿੱਚ ਵਾਸਾ ਸਾਡਾ ਕਰਦਿਆ ਕਰ ਗਿਆ ਮਾਫ਼ ਹੁਣ ਭਰਾਵੋ ਕਿਸੇ ਨੇ ਲਾਉਣਾ ਨਹੀਂ ਗਾ ਮੈਂ ਤਾਂ ਕਿਸਾਨਾਂ ਨੂੰ ਵੀ ਇਹੀ ਪੀਲ ਕਰਦਾ ਵੀ ਹੱਥ ਬਨ ਕੇ ਬੇਨਤੀ ਆ ਜੇ ਕੋਈ ਗੱਲ ਆਪਾਂ ਬਹਿ ਕੇ ਕਰ ਲੋ ਧਰਨਾ ਲਾਜ ਤੋਂ ਬਿਨਾ ਸਰਦੇ ਆਪਾਂ ਨੂੰ ਲੋੜ ਕੀ ਪਬਲਿਕ ਨੂੰ ਕਿਉਂ ਤੰਗ ਕਰਦੇ ਆ ਫੇਰ ਉੱਥੇ ਇੱਕ ਬਾਹਰੋਂ ਬੰਦੇ ਆਏ ਸੀ ਮੁੰਡੇ ਕੁੜੀਆਂ ਕੁੱਟਿਆ ਇਹਨਾਂ ਨੇ ਕੀ ਗੱਲ ਵੀ ਉਹ ਤੇ ਪਰਚਾ ਨਹੀਂ ਹੋਣਾ ਚਾਹੀਦਾ ਉਦੋਂ ਅਸੀਂ ਧਰਨਾ ਲਾਉਣਾ ਉਹ ਕਿਸੇ ਦਾ ਪੁੱਤ ਨਹੀਂ ਉਹ ਕਿਸੇ ਦੀਆਂ ਕੁੜੀਆਂ ਉਹ ਸਾਡੀਆਂ ਨੇ ਕੁੜੀਆਂ ਜਾਂ ਜਵਾਕ ਬੈਨ ਮੱਚੀ ਆ ਉਹ ਜਵਾਕ ਹੀ ਦੇ ਨੇ ਸਾਡੇ ਨੇ ਜਾਂ ਕੋਈ ਅਸੀਂ ਜਾਣੇ ਆ ਤੁਸੀਂ ਆਉਂਦੇ ਹੋ ਕੋਈ ਇਹ ਜੀ ਘਟਣਾ ਪਰ ਜੇ ਇਹ ਕੀ ਦੇ ਤੁਸੀਂ ਵੀ ਸਾਡੇ ਹੋ ਅਸੀਂ ਥੋੜੇ ਆ ਜਾਣਾ ਤਾਂ ਹਰੇਕ ਨੂੰ ਪੈਂਦਾ ਫਿਰ ਅੱਗ ਤੋਂ ਬਚਤ ਨਹੀਂ ਕਰ ਸਕਦੇ ਦੱਸੋ ਇਹਦਾ ਕੀ ਫਰਕ ਪੈਂਦਾ ਕਰਤਿਆਂ ਦਾ ਬਿਲਕੁਲ ਸਹੀ ਗੱਲ ਤੁਸੀਂ ਇਹ ਤਾਂ ਕੋਈ ਵੀ ਸੋਚੇ ਨਾ ਜੇ ਕੋਈ ਸਰਕਾਰ ਕਾਨੂੰਨ ਲਾਗੂ ਕਰਦੀ ਆ ਫੇਰ ਧਰਨਾ ਸਰਕਾਰ ਕੋਈ ਗੱਲ ਕਦਮ ਚੱਕਦੀ ਆ ਧਰਨਾ ਫਿਰ ਤਾਂ ਅਸੀਂ ਧਰਨੇ ਜੋ ਕਰੇ ਰਹੇ ਤੇ ਸਾਡੇ ਆਉਣ ਵਾਲੇ ਟਾਈਮ ਨੂੰ ਤਾਂ ਅਸੀਂ ਸੋਚੀਏ ਸਾਡੇ ਬੱਚੇ ਨਸ਼ੇੜੀ ਬਣਦੇ ਨੇ ਵਿਹਲੇ ਉਹਨੂੰ ਕਹੋ ਵੀ ਸਾਨੂੰ ਰੁਜ਼ਗਾਰ ਦੇ ਕੰਮ ਬਿਲਕੁਲ ਬਿਲਕੁਲ ਐਡਾ ਤੇ ਪੰਜਾਬ ਕਿੰਨੀਆਂ ਕਰੋੜੀਆਂ ਦੇ ਤਿੰਨ ਕਰੋੜ ਦੀ ਵਾਦੀ ਆ 3 ਲੱਖ ਕਰੋੜ ਦੀ ਸਾਡੇ 3 ਲੱਖ ਕਰੋੜ ਰੁਪਏ ਸਾਡੇ ਸਿਰ ਸਰਕਾਰਾਂ ਨੇ ਕਰ ਦਿਆ ਚੜਾ ਤਾਂ ਅਸੀਂ ਕਿਵੇਂ ਉੱਠਾਂਗੇ ਆਉਣ ਵਾਲੇ ਪੀੜੀਆਂ ਤੋਂ ਪਰੇਤਨਾ ਬਿਲਕੁਲੀ ਨਹੀਂ ਉੱਤਰ ਸਕਦਾ ਤਾਂ ਬਾਈ ਨੂੰ ਵੀ ਅਜ ਕਾਲੀ ਹੈ ਜਾਣਾ ਕਿਸੇ ਪਾਸੇ ਕਿਤੇ ਫੇਰ ਮਿਲਾਪ ਹੋਇਆ ਤਾਂ ਬਾਈ ਨਾਲ ਫੇਰ ਗੱਲਬਾਤ ਕਰਾਂਗੇ ਤਾਂ ਬਾਈ ਦੀਆਂ ਗੱਲਾਂ ਨਾਲ ਅਗਰ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਬਾਈ ਦੀ ਮਿਹਨਤ ਨਾ ਪਾਈ ਹੋਈ ਕੋਠੀ ਜ਼ਰੂਰ ਦਿਖਾ ਦੇ ਇੱਕ ਵਾਰੀ ਕਿਵੇਂ ਬਾਈ ਕਹਿੰਦਾ ਵੀ ਇੱਕ ਕਿਲਾ ਮੇਰੇ ਲਵੇ ਮੈਂ ਨਾ ਫੇਰ ਵੀ ਜ਼ਿੰਦਗੀ ਹੈ ਕਿਹੜੀ ਯਾਰਾ ਬਹੁਤ ਸਖਾਲੀ ਹੈ ਮੇਰੀ ਕਿਉਂਕਿ ਮੈਂ ਬਾਈਕਾਂ ਦਾ ਮਿਹਨਤੀਆਂ ਮੈਂ ਹੈਨਾ ਮਿਹਨਤ ਕਰਦਾ ਤਾਂ ਇੱਕ ਬੰਦੇ ਨੂੰ ਸਿੱਖਿਆ ਮਿਲਦੀ ਆ ਇਹਨਾਂ ਦੀ ਜ਼ਿੰਦਗੀ ਦੇਖ ਕੇ ਤਾਂ ਦੋਸਤੋ ਮੈਂ ਗੁਰਮਖਸੰਧੂ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਦੇ ਹੋ ਧੰਨਵਾਦ ਰੱਬ ਰੱਖਾ